ਸਾਬਕਾ ਮੁੱਖ ਮੰਤਰੀ ਹਰਿਆਣਾ ਭੁਪਿੰਦਰ ਸਿੰਘ ਹੁੱਡਾ ਨੇ ਭਾਜਪਾ ਸਰਕਾਰ ਦੇ 3 ਸਾਲ ਪੂਰੇ ਹੋਣ ਤੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਕਾਰਜਕਾਲ ਦੀ ਸਮੀਖਿਆ ਸਿਰਫ ਇੱਕ ਲਾਈਨ ਵਿੱਚ ਹੀ ਕੀਤੀ ਜਾ ਸਕਦੀ ਹੈ ਕਿ 3 ਸਾਲ ਹਰਿਆਣਾ ਪਥਾਲ। ਹੁੱਡਾ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਹਰਿਆਣਾ ਦੀ ਸਰਕਾਰ ਨੇ ਜਨਤਾ ਦੀ ਖੂਨ ਪਸੀਨੇ ਦੀ ਕਮਾਈ ਦਾ 1600 ਕਰੋੜ ਰੁਪਇਆ ਪ੍ਰਦੇਸ਼ ਦੀ ਸਵਰਨ ਜਯੰਤੀ ਸਾਲ ਵਿੱਚ ਆਪਣੀ ਵਾਹਵਾਹੀ ਕਰਵਾਉਣ ਵਿੱਚ ਖਰਚ ਕਰ ਦਿੱਤਾ। ਹਰਿਆਣਾ ਵਿੱਚ ਭਾਜਪਾ ਸਰਕਾਰ ਖੱਟਰ ਸਰਕਾਰ ਕੋ 3 ਸਾਲ ਪੂਰੇ ਹੋ ਗਏ ਕਾਰਜਕਾਲ ਕੋ। ਅਗਰ ਸੰਕਸ਼ੇਪ ਮੈਂ ਇੱਕ ਲਾਈਨ ਮੈਂ ਇਸਕੋ ਕਹਿਣਾ ਹੈ ਤੋ ਕੇਵਲ ਇੱਕ ਹੀ ਪੰਕਤੀ ਮੈਂ ਕਿਹਾ ਜਾ ਸਕਤਾ ਹੈ ਕਿ 3 ਸਾਲ ਹਰਿਆਣਾ ਬਦਹਾਲ ਜਾਂ 3 ਸਾਲ ਹਰਿਆਣਾ ਬੇਹਾਲ, ਕਿਉਂਕਿ ਅੱਜ ਹਰਿਆਣਾ ਪਿਛਲੇ 50 ਸਾਲੋਂ ਮੈਂ ਵੀ ਐਸੀ ਨਾਕਾਰਾ ਸਰਕਾਰ ਹਰਿਆਣਾ ਕੋ ਦੇਖਣ ਕੋ ਨਹੀਂ ਮਿਲੀ ਜੋ ਇਹ ਅਬ ਕੀ ਬਾਰ ਇਨਕੋ ਮਿਲੀ, ਕਿਉਂਕਿ ਇਸ 3 ਸਾਲ ਮੈਂ 3 ਵਾਰ ਰਾਜਨੀਤਿਕ ਸ਼ਡਯੰਤਰ ਕੇ ਤਹਿਤ ਹਰਿਆਣਾ ਜਲਵਾਇਆ ਗਿਆ ਔਰ ਇਸ ਸਰਕਾਰ ਕਿਵੇਂ ਅਬ ਤੱਕ 3 ਘਟਨਾਓਂ ਮੈਂ 6 ਦਰਜਨ ਸੇ ਅਧਿਕ ਜੋ ਹੈ ਵਿਅਕਤੀ ਪੁਲਿਸ ਕੀ ਗੋਲੀ ਸੇ ਮਾਰੇ ਗਏ, ਨਿਰਦੋਸ਼ ਨਾਗਰਿਕ ਮਾਰੇ ਜਾ ਚੁੱਕੇ ਹੈ ਔਰ ਇਤਨੇ ਨਾਗਰਿਕੋਂ ਕੀ ਹੱਤਿਆ ਆਤੰਕਵਾਦ ਪ੍ਰਭਾਵਿਤ ਜੰਮੂ ਕਸ਼ਮੀਰ ਮੇਂ ਵੀ ਨਹੀਂ ਹੋਈ।